ਅਸਲਾਮ ਵਾਲੇਕਮ ਜੀ। ਅੱਜ ਦਿਨ ਇਤਵਾਰ ਦਾ 4 ਅਗਸਤ 2024 ਦੀ ਵੀਡੀਓ ਜਨਾਬ। ਅੱਜ ਦੋਸਤਾਂ ਵਾਸਤੇ ਹਮੇਸ਼ਾ ਦੀ ਤਰ੍ਹਾਂ ਹਰ ਇਤਵਾਰ ਨੂੰ ਇੱਕ ਲਾਟ ਲੈ ਕੇ ਆਉਂਦੇ ਹਾਂ 2025 ਦੀ ਕੁਰਬਾਨੀ ਅਤੇ ਲੱਗਣ ਵਾਲੇ ਬੱਕਰਾਂ ਦੀ। ਪੂਰਾ ਹਫ਼ਤਾ ਜਨਾਬ ਇਕੱਠੇ ਕਰਨੇ ਹਾਂ ਇੱਕ ਇੱਕ ਦੋ ਦੋ ਕਰਕੇ ਬੱਕਰੇ, ਅਤੇ ਫਿਰ ਜਨਾਬ ਜਾ ਕੇ ਕਿਧਰੇ ਇੱਕ ਹਫ਼ਤੇ ਬਾਅਦ ਲਾਟ ਪੂਰੀ ਹੁੰਦੀ ਹੈ। ਅੱਜ ਫਿਰ ਜਨਾਬ 10 ਬੱਕਰਾਂ ਦੀ ਲਾਟ ਹੈ ਅਤੇ 10 ਬੱਕਰੇ ਮਾਸ਼ਾਲਾ ਸਾਰੇ ਜਨਾਬ ਤਕਰੀਬਨ ਅੱਜ ਦੇਸੀ ਬੱਕਰੇ ਆਏ ਨੇ। ਦੇਸੀ ਬੱਕਰੇ ਕੋਈ ਇੱਕ ਦੋ ਹੋਣਗੇ, ਦੋਗਲੇ, ਬਾਕੀ ਸਾਰੇ ਦੇਸੀ ਬੱਕਰੇ ਆਏ ਨੇ। 10 ਬੱਕਰੇ ਨੇ, ਇਹਨਾਂ 'ਚੋਂ ਜਨਾਬ 3 ਹੈਗੇ ਨੇ ਬਲੈਕ ਬੀਤਲ ਕਾਲੇ ਡੱਬੇ ਔਰ ਇੱਕ ਸ਼ੇਰਾ ਪ੍ਰਿੰਟ ਹੈਗਾ, ਬਾਕੀ ਮੱਖੀ ਚੀਨੇ ਹੈਗੇ ਨੇ। ਐਂਡ 'ਤੇ ਇੱਕ ਬੱਕਰਾ ਵੀ ਖਾਵਾਂਗੇ, ਦੇਸੀ ਬੱਕਰਾ ਜਨਾਬ, ਚੰਗਾ ਮੋਟਾ ਤਾਜ਼ਾ ਬੱਕਰਾ ਹੈ। ਅਤੇ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਣ। ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਨੇ ਇਸ ਚੈਨਲ 'ਤੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੋਹਿਤਬਾ ਗੋਟ ਫਾਰਮ ਲੁੱਡਣ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਉਮਰ ਜਨਾਬ ਦੱਸ ਦਈਏ ਜਾਨਵਰਾਂ ਦੀ, 5-5 ਮਹੀਨਿਆਂ ਦੇ ਹੈ ਨੇ ਬੱਕਰੇ, ਵਿੱਚ ਹੈ ਨੇ ਇੱਕ ਦੋ ਜਿਨ੍ਹਾਂ ਦੀ 4-4 ਮਹੀਨੇ ਵੀ ਉਮਰ ਹੈ, ਬਾਕੀ 6-6 ਮਹੀਨਾ ਵਾਲੇ ਵੀ ਹੈ ਵਿੱਚ। ਚੀਜ਼ਾਂ ਅੱਛੀਆਂ ਨੇ ਮਾਸ਼ਾਅੱਲਾ ਸਾਰੀਆਂ। ਜਿਹੜਾ ਫਰੰਟ 'ਤੇ ਤੁਹਾਨੂੰ ਕਾਲਾ ਡੱਬਾ ਬੱਕਰਾ ਵਿਖਾਇਆ ਹੈ, ਉਸ ਸਮੈਦ 3 ਕਾਲੇ ਡੱਬੇ ਬੱਕਰੇ ਆਏ ਨੇ। ਅਤੇ ਅੱਗੇ ਚੱਲ ਕੇ 3 ਵਿਖਾ ਦਿੰਦੇ ਹਾਂ, ਇਸ ਸਮੈਦ ਅੱਗੇ 3 ਵਿਖਾ ਦਿੰਦੇ, ਕਾਲਾ ਡੱਬਾ ਸ਼ੁਰੂ ਤੋਂ ਵਿਖਾਇਆ। ਜਿਹੜਾ ਇੱਕ ਇੱਕ ਜਾਨਵਰ ਕਰਕੇ ਵਿਖਾ ਰਹੇ ਹਾਂ, ਪਹਿਲੇ ਜਨਾਬ ਸਾਰੇ ਜਾਨਵਰ ਜੋੜਾ ਜੋੜਾ ਕਰਕੇ ਵਿਖਾਉਂਦੇ ਸਾਂ, ਚਾਰਾ ਇਸ਼ਾਰਾ ਖਵਾ ਕੇ ਵਿਖਾਉਂਦੇ ਸਾਂ। ਅਤੇ ਕਾਫੀ ਦੋਸਤ ਆਖਦੇ ਸਨ ਜਨਾਬ ਸਾਨੂੰ ਇੱਕ ਇੱਕ ਬੱਕਰੇ ਦੀ ਵੀਡੀਓ ਅਲੈਦਾ ਦਿਓ, ਇਸ ਵਜ੍ਹਾ ਤੋਂ ਜਨਾਬ ਇੱਕ ਇੱਕ ਬੱਕਰੇ ਦੀ ਅਲੈਦਾ ਅਲੈਦਾ ਕਰਕੇ ਵੀਡੀਓ ਵਿਖਾ ਰਹੇ ਹਾਂ। 1 ਲਓ, 2 ਲਓ, 3 ਲਓ, ਜਿੰਨੇ ਮਰਜ਼ੀ ਖਰੀਦਣਾ ਚਾਹੋ ਖਰੀਦ ਸਕਦੇ ਹੋ। 1-2 ਦਾ ਰੇਟ ਅਲੈਦਾ ਹੋਏਗਾ ਅਤੇ ਸਾਰੀ ਲਾਟ ਦਾ ਰੇਟ ਅਲੈਦਾ ਹੋਏਗਾ। ਇਹ ਵੀ 6 ਮਹੀਨਾ ਦਾ ਹੈਗਾ, ਇਸ ਤੋਂ ਪਹਿਲੇ ਵਿਖਾਇਆ ਜਿਹੜਾ ਚੀਨਾ ਉਹ ਵੀ 6 ਮਹੀਨਾ ਦਾ ਹੈਗਾ। ਜਿਹੜੇ 6-6 ਮਹੀਨਾ ਦੇ ਨਾਲ ਨਾਲ ਦੱਸ ਦਿਆਂਗੇ ਵੀ ਇਹ 6-6 ਮਹੀਨਾ ਦੇ ਹੈਗੇ ਨੇ ਔਰ ਚੰਗੇ ਮੋਟੇ ਤਾਜ਼ੇ ਅਤੇ ਡਬਲ ਹੱਡੀ ਦੇ ਵਿੱਚ ਮੋਟੇ ਪੈਰਾਂ ਵਾਲੇ ਜਨਾਬ ਬੱਕਰੇ ਦੋਸਤਾਂ ਵਾਸਤੇ ਲੈ ਕੇ ਆਏ ਹਾਂ। ਬਾਕੀ ਜਨਾਬ ਡਿਮਾਂਡ ਇਹਨਾਂ ਦੀ ਕਰ ਰਹੇ ਹਾਂ 40-40 ਹਜ਼ਾਰ ਰੁਪਈਆ। ਕੋਈ ਸਾਰੀ ਲਾਟ ਲਵੇਗਾ ਉਸਨੂੰ 40 ਹਜ਼ਾਰ ਦੇ ਹਿਸਾਬ ਨਾਲ ਨਹੀਂ ਲੱਗਣਗੇ, ਉਸਨੂੰ ਜਨਾਬ 35 ਹਜ਼ਾਰ ਦੇ ਹਿਸਾਬ ਨਾਲ ਲਾਟ ਪੂਰੀ ਲੱਗੇਗੀ। 10 ਬੱਕਰਾਂ ਦੀ ਲਾਟ 1-2 ਲਓਗੇ ਅਤੇ ਫਿਰ ਉਹਨਾਂ ਦਾ ਰੇਟ ਅਲੈਦ ਹੋ ਗਿਆ। ਲਓ ਜੀ ਫਰੰਟ ਦੇ ਵੀ ਤੁਹਾਨੂੰ ਇਹ ਬੱਕਰਾ ਵਿਖਾਇਆ ਸੀ ਅਤੇ ਹੁਣ ਇਸ ਸਮੈਦ ਅੱਗੇ ਹੋਰ ਤੁਹਾਨੂੰ ਕਾਲੇ ਡੱਬੇ ਬੀਤਲ ਬੱਕਰੇ ਚੈੱਕ ਕਰਾ ਦਿੰਦੇ ਹਾਂ। ਨਕੌੜੇ ਦੇ ਵਿੱਚ ਮਾਸ਼ਾਅੱਲਾ ਲੰਬੇ ਕੰਨ ਨੇ ਔਰ ਝਾਲਰ ਵੀ ਹੈ, ਜੋ ਚੀਜ਼ ਹੈ ਜਨਾਬ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਅਤੇ ਲੋਕੇਸ਼ਨ ਹੈ ਜਨਾਬ ਲੁੱਡਨ ਸ਼ਹਿਰ, ਜ਼ਿਲ੍ਹਾ ਵਿਹਾੜੀ। ਰਾਬਤਾ ਨੰਬਰ ਜਨਾਬ 0312-1692-037। ਇਹ ਵਟਸਐਪ ਨੰਬਰ ਜੇ ਇੱਥੋਂ ਆ ਕੇ ਖਰੀਦਣਾ ਚਾਹੋ ਇੱਥੋਂ ਆ ਕੇ ਖਰੀਦ ਸਕਦੇ ਹੋ। ਉਸ ਤੋਂ ਬਾਅਦ ਜਨਾਬ ਦੂਸਰੇ ਨੰਬਰ ਵਾਲਾ ਜਨਾਬ ਕਾਲਾ ਡੱਬਾ ਤੁਹਾਨੂੰ ਵਿਖਾ ਰਹੇ ਹਾਂ, ਇਹ 4 ਮਹੀਨਾ ਦਾ ਜੇ, ਜਿਹੜਾ ਇਸ ਤੋਂ ਪਹਿਲੇ ਵਿਖਾਇਆ ਉਹ 5 ਮਹੀਨਾ ਦਾ ਆਇਆ ਸੀ। ਪੈਰ ਬੰਨ ਕੇ ਵਿਖਾ ਰਹੇ ਹਾਂ ਕਿਉਂਕਿ ਐਵੇਂ ਛੱਡੀਏ ਤਾਂ ਫਿਰ ਉਹ ਤਸੱਲੀ ਨਾਲ ਵੀਡੀਓ ਨਹੀਂ ਬਣਨੀ ਇੱਕ ਇੱਕ ਜਾਨਵਰ ਦੀ, ਇਸ ਵਜ੍ਹਾ ਤੋਂ ਪੈਰ ਬੰਨ ਕੇ ਜਨਾਬ ਚੈੱਕ ਕਰਾ ਰਹੇ ਹਾਂ ਔਰ ਖੁੱਲ੍ਹੀ ਜਗ੍ਹਾ 'ਤੇ ਚੈੱਕ ਕਰਾ ਰਹੇ ਹਾਂ। ਇਹ 4 ਮਹੀਨਾ ਦਾ ਹੈਗਾ, ਦੂਸਰਾ ਵੀ ਨਾਲ ਇਸ 'ਤੇ ਹੈ ਉਹ ਵੀ ਵਿਖਾ ਦਿੰਦੇ ਹਾਂ। ਇਹ ਕੋਈ ਜ਼ਰੂਰੀ ਨਹੀਂ ਕਿ ਸਾਰੇ ਲੋਕ ਇਹਦੇ ਫੇਰੀਏ ਮਿਲਣਗੇ, ਪਹਿਲੇ ਦੱਸਿਆ ਕਿ ਜਿੰਨੇ ਖਰੀਦਣਾ ਚਾਹੋ ਉਨੇ ਹੀ ਖਰੀਦ ਸਕਦੇ ਹੋ। ਸ਼ੇਰਾ ਪ੍ਰਿੰਟ ਖਰੀਦਣਾ ਚਾਹੋ ਖਰੀਦ ਸਕਦੇ ਹੋ, ਮੱਖੀ ਚੀਨਾ ਖਰੀਦਣਾ ਚਾਹੋ ਮਿਲ ਜਾਣਗੇ, ਕਾਲੇ ਡੱਬੇ 3 ਲਓ ਉਹ ਵੀ ਮਿਲ ਜਾਣਗੇ ਅਤੇ ਮੁਨਾਸਿਬ ਰੇਟ ਇਨਸ਼ਾਅੱਲਾ ਦੇਵਾਂਗੇ। ਕਮੀ ਬੇਸ਼ੀ ਹੋ ਜਾਏਗੀ, ਜਿਹੜੇ ਰੈਡ ਦੱਸੇ ਨੇ ਫੈਨਰ ਰੈਡ ਨਹੀਂ ਨੇ, ਬਾਟਾ ਰੈਡ ਨਹੀਂ ਨੇ, ਕਮੀ ਬੇਸ਼ੀ ਹੋ ਜਾਏਗੀ। ਲਓ ਜੀ ਇਹ ਤੀਸਰੇ ਨੰਬਰ ਵਾਲਾ ਤੁਹਾਨੂੰ ਚੈੱਕ ਕਰਾ ਰਹੇ ਹਾਂ, ਇਸ ਦੀ ਵੀ ਜਨਾਬ ਉਮਰ 4-1 ਮਹੀਨੇ ਹੈ ਜੇ ਔਰ 2025 ਦੀ ਕੁਰਬਾਨੀ ਦੇ ਸਾਰੇ ਬੱਕਰੇ ਲੱਗਣ ਵਾਲੇ, ਕਿਸੇ ਕਿਸਮ ਦਾ ਕੋਈ ਨੋਕ ਸਾਹਿਬ ਨਹੀਂ ਜਨਾਬ, ਬਿਲਕੁਲ ਸਾਫ਼ ਸੁਥਰੇ ਬੱਕਰੇ ਹੈ ਨੇ। ਲਓ ਜੀ ਇਹ ਵੀ ਚੀਜ਼ ਚੈੱਕ ਕਰਾ ਦੀ ਅਤੇ ਉਸ ਤੋਂ ਬਾਅਦ ਜਨਾਬ ਹੋਰ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਸ਼ੇਰਾ ਪ੍ਰਿੰਟ ਵਾਲਾ। ਬਾਕੀ ਤੁਸੀਂ ਕਾਲ ਕਰ ਸਕਦੇ ਹੋ, ਟਾਈਟਲ 'ਤੇ ਵੀ ਨੰਬਰ ਚੱਲਦਾ ਪਿਆ, ਸਕਰੀਨ 'ਤੇ ਵੀ ਸ਼ੋਅ ਕਰ ਦਿਆਂਗੇ ਨੰਬਰ, ਉਸ ਨੰਬਰ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਅੱਗੇ ਜਨਾਬ ਮੱਖੀ ਚੀਨੇ ਤੁਹਾਨੂੰ ਚੈੱਕ ਕਰਾ ਦਈਏ, ਕਾਲੇ ਡੱਬੇ 3 ਹੋ ਗਏ, ਸ਼ੇਰਾ ਪ੍ਰਿੰਟ ਵੀ ਹੋ ਗਿਆ। ਲਓ ਜੀ ਇਹ ਮੱਖੀ ਚੀਨਾ ਹੈਗਾ, ਇਹ ਵੀ 4 ਮਹੀਨਾ ਦਾ ਹੈ ਜੇ, 4 ਮਹੀਨਾ ਦਾ ਇਹ ਜਨਾਬ ਦੂਗਲਾ ਬੱਕਰਾ ਜੇ ਔਰ ਅੱਗੇ ਹੋਰ ਵੀ ਤੁਹਾਨੂੰ ਚੈੱਕ ਕਰਾ ਦੇ। ਇੱਕ ਸਾਈਡ ਇਹਦੀ ਚੈੱਕ ਕਰ ਲਓ ਜਨਾਬ, ਦੂਸਰੀ ਸਾਈਡ ਫਿਰ ਜਨਾਬ ਚੈੱਕ ਕਰਾ ਦਿੰਦੇ ਹਾਂ। ਲਓ ਜੀ
ਇਹ ਹੁਣ ਇਸ ਦੀ ਦੂਸਰੀ ਸਾਈਡ ਆ ਗਈ ਜੇ ਅਤੇ ਮੋਟੇ ਤਾਜ਼ੇ ਬੱਕਰੇ ਨੇ ਇਹਦੇ ਕੋਈ ਗਲਤ ਬਿਆਨੀ ਨਹੀਂ ਹੋਏਗੀ ਜੋ ਚੀਜ਼ ਵੀ ਖਾਵਾਂਗੇ ਉਹੀ ਭੇਜਾਂਗੇ ਕੋਈ ਅਦਲੀ ਬਦਲੀ ਵਾਲੀ ਗੱਲ ਨਹੀਂ ਹੋਏਗੀ ਜਿਹੜੇ ਸ਼ਹਿਰ ਕਹੋਗੇ ਉਸੇ ਸ਼ਹਿਰ ਵਿੱਚ ਇਨਸ਼ਾਅੱਲਾ ਪਹੁੰਚਾ ਦੇਵਾਂਗੇ ਬਸ ਬਾਕੀ ਜਨਾਬ ਅੱਗੇ ਕੈਬ ਵੀ ਚੈੱਕ ਕਰਾ ਰਹੇ ਹਾਂ ਇਹ ਵੀ 4-1 ਮਹੀਨਾ ਦਾ ਹੈ 4 ਮਹੀਨੇ ਉਮਰ ਹੈ ਉਮਰ ਜਿਹੜੀ ਦੱਸਾਂਗੇ ਇਨਸ਼ਾਅੱਲਾ ਉਹੀ ਹੋਏਗੀ ਕਨਫਰਮ ਉਮਰ ਹੋਏਗੀ ਕੋਈ ਵੱਧ ਘੱਟ ਵਾਲੀ ਗੱਲ ਨਹੀਂ ਹੈ ਅਤੇ ਇਹ ਵੀ ਮੱਖੀ ਚੀਨਾ ਹੈਗਾ ਬਾਕੀ ਕੰਨ ਕੱਟਾ ਹੋਇਆ ਕਹੋ ਜਾਂ ਸਿੰਘ ਟੁੱਟਾ ਹੋਇਆ ਕਹੋ ਉਸ ਤਰ੍ਹਾਂ ਦਾ ਕੋਈ ਜਾਨਵਰ ਅੱਜ ਦੀ ਲਾੜ ਵਿੱਚ ਨਹੀਂ ਹੈਗਾ ਨਾ ਕੋਈ ਇੱਕ ਆਂਡੀ ਹੈਗਾ ਬਾਅਦ ਔਕਾਤ ਇੱਕ ਆਂਡੀ ਹੁੰਦੇ ਨੇ ਕੰਨ ਕੱਟੇ ਹੁੰਦੇ ਨੇ ਸਿੰਘ ਟੁੱਟੇ ਹੁੰਦੇ ਨੇ ਐਸੀ ਕੋਈ ਗੱਲ ਨਹੀਂ ਹੋਏਗੀ ਅਤੇ ਇਹ ਮੱਖੀ ਚੀਨਾ ਵੀ ਚੈੱਕ ਕਰ ਲਓ ਇਹਦੀ ਉਮਰ ਜਨਾਬ 5 ਮਹੀਨੇ ਹੈਗੇ ਇਹ ਹੈਗਾ 5 ਮਹੀਨਿਆਂ ਦਾ ਅੱਜ ਦੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੇ ਜਾਨਵਰ ਕਿਸ ਤਰ੍ਹਾਂ ਲੱਗੇ ਔਰ ਰੈਡ ਕਿਸ ਤਰ੍ਹਾਂ ਲੱਗੇ ਪਹਿਲੇ ਦੇ ਨਿਸਬਤ ਜਨਾਬ ਆਹ ਜਾਨਵਰ ਕੋਈ ਬਿਹਤਰ ਨੇ ਔਰ ਰੱਖਣ ਵਾਲੇ ਜਾਨਵਰ ਨੇ ਪਹਿਲੇ ਤੁਹਾਨੂੰ ਦੱਸਦੇ ਸਾਂ ਕਿ ਮਿਕਸ ਮਾਲ ਹੈਗਾ ਅੱਜ ਹੈ ਮਿਕਸ ਮਾਲ ਲੇਕਿਨ ਜ਼ਿਆਦਾ ਨਹੀਂ ਹੈ ਥੋੜ੍ਹਾ ਹੈਗਾ ਪਹਿਲੇ ਨਾਲੋਂ ਇਹ ਵੀ ਮਾਸ਼ਾਅੱਲਾ 5 ਮਹੀਨਿਆਂ ਦਾ ਖਲਿਆ ਇਹ ਵੀ ਮੱਖੀ ਚੀਨਾ ਹੈ ਜੇ ਪਿਓਰ ਮੱਖੀ ਚੀਨਾ ਨਹੀਂ ਹੈ ਜਿਸ ਨੂੰ ਪਿਓਰ ਆਖਦੇ ਨੇ ਉਹ ਨਹੀਂ ਹੈ ਲੇਕਿਨ ਹੈ ਮੱਖੀ ਚੀਨੇ ਦੇ ਵਿੱਚ ਅਤੇ ਲਾਸਟ ਬੱਕਰਾ ਤੁਹਾਨੂੰ ਵਿਖਾ ਦਿੰਦੇ ਹਾਂ ਦੇਸੀ ਬੱਕਰਾ ਹੈ ਅਤੇ ਚੰਗੇ ਮੋਟੇ ਪੈਰਾਂ ਦੇ ਵਿੱਚ ਹੱਡ ਕਾਠ ਦੇ ਵਿੱਚ ਪਿਆ ਤਕਰੀਬਨ ਇਸ ਦੀ 6 ਮਹੀਨੇ ਉਮਰ ਪਈ ਜੇ ਸਫੈਦ ਅੱਖ ਦੇ ਵਿੱਚ ਚੌੜੇ ਕੰਨ ਅਤੇ ਲੰਬੇ ਕੰਨ ਮਾਸ਼ਾਅੱਲਾ ਮੋਟੇ ਪੈਰਾਂ ਦੇ ਵਿੱਚ ਡੱਬਾ ਲੱਡੀ ਵਿੱਚ ਚਿਪਟੇ ਸਿੰਘ ਨੇ ਇਹ ਹੈਗਾ ਜਨਾਬ ਦੇਸੀ ਬੱਕਰਾ ਸਾਰੇ ਬੱਕਰਾਂ ਨਾਲੋਂ ਜਨਾਬ ਇਹ ਬੱਕਰਾ ਵਜ਼ਨੀ ਹੈਗਾ ਕੋਈ ਵੀ ਖਰੀਦਣਾ ਚਾਹੇ ਅਲੈਦਾ ਵੀ ਮਿਲ ਜਾਏਗਾ ਬੱਕਰੀਆਂ ਵਾਸਤੇ ਵੀ ਮਿਲ ਜਾਏਗਾ ਅਗਰ ਕੁਰਬਾਨੀ ਵਾਸਤੇ ਪਾ ਲਓ ਤਾਂ ਫਿਰ ਜ਼ਬਰਦਸਤ ਸਾਰਾ ਮਾਲ ਹੀ 2025 ਦੀ ਕੁਰਬਾਨੀ 'ਤੇ ਲੱਗਣ ਵਾਲਾ ਜਨਾਬ ਹੈ ਇਹਨਾਂ 'ਚ ਕੋਈ ਐਸਾ ਜਾਨਵਰ ਨਹੀਂ ਹੈ ਜਿਹੜਾ 2024 ਦੀ ਯਾਨੀ ਕਿ 2025 ਦੀ ਕੁਰਬਾਨੀ ਨਾ ਲੱਗੇ ਬਾਕੀ ਜਨਾਬ ਰਸੀਦ ਬਣਾ ਕੇ ਦੇਵਾਂਗੇ ਇਨਸ਼ਾਅੱਲਾ ਜਿਹੜੀ ਤਰੀਕ ਦਾ ਜਾਨਵਰ ਹੋਏਗਾ ਉਸ ਤਰੀਕ 'ਤੇ ਇਨਸ਼ਾਅੱਲਾ ਤੁਹਾਨੂੰ ਮਿਲੇਗਾ ਜਾਨਵਰ ਲਓ ਜੀ ਛੱਡ ਦਿੱਤਾ ਇਹਦਾ